सर पहला मेडिसिन से दाखिल सी मरी है कौन है मिलता ते मम्मी मेरे अच्छा ठीक है मेडिसिन से दाखिल सी ते ओने रेफर किया हड्डियां वाली वार्ड च नंबर च ते ओथों गए हैं ते ओथों मुड़ के कहंदे 102 च जाओ 102 च गए हैं ते ओ कहंदे 117 च जाओ ठीक है एदा सानू खज्जा खराब किया कि जा रहा है बहुत ज्यादा ते कहंदे दाखिल नहीं किया जाऊगा ते तुसी घरे लैयो ते कल दाखिल किया जाऊगा सर सर 3 घंटे हो गया ते स्ट्रेचर ते पा के लम्मे पए घूमते फिरते कभी मंग सारे आदि हो या दाखिल किया जाए इतने ते नहीं दाखिल किया जाता आप रोड जाम की करांगे मेरा नाम परमजीत कौर परमजीत जी की होया तुम मेरे लक दी ते धड़ दी प्रॉब्लम है किन्नी देर तो घूमदे वे स्टेशन ते कौन 3-4 घंटे हो चले है डॉक्टर इलाज नहीं करदे वे इलाज करदे की है टीके लाला सवाई जांदे है फर्क कोई पिया नहीं है ते उधरों छुट्टी दे के ते हड्डियां वाले पासे कर देता हड्डियां वाले हुण लै नहीं दे धक्के खांदे पिंडे रेड़ी ते पैके मेडिसिन से दाखिल सी मरीज ते मम्मी मेरे ठीक है मेडिसिन से दाखिल सी ते ओने रेफर किया हड्डियां वाली वार्ड च 107 नंबर च 117 नंबर च ते ओथों गए हैं ते ओथों मुड़ के कहंदे 102 च जाओ 102 च गए हैं ते ओ कहंदे 117 च जाओ ठीक है एदा सानू खज्जा खराब किया कि जा रहा है बहुत ज्यादा ते अहीं गए हैं ते मुड़ के अहीं कहे एक बैड दे दो सानू ते मरीज दाखिल कर लिए ते कहंदे दाखिल नहीं किया जाऊगा ते तुसी घरे लैयो ते कल दाखिल किया जाऊगा कारण पता नहीं सर जो क्यों कह रहे हैं ते ओ कहंदे डॉक्टर साहब नहीं हैगे किन्ना इन्हां नूं देखिआ आ ਤੇ ਉਹ ਆਉਗੇ ਤੇ ਕੱਲ ਫਿਰ ਹੋਊਗਾ ਡਾਕਟਰ ਪੁੱਛਿਆ ਨਹੀਂ ਕਿ ਡਾਕਟਰ ਸਾਹਿਬ ਨਹੀਂ ਹੈਗੇ ਤੇ ਫਿਰ ਮਰੀਜ਼ ਨੂੰ ਅਜੇ ਮਰੀਜ਼ ਨੂੰ ਕੁਝ ਹੋ ਜਾਂਦਾ ਤੇ ਪੁੱਛਿਆ ਨਹੀਂ ਉਹ ਸਰ ਬੋਲਦੇ ਨਹੀਂ ਪਏ ਕੋਈ ਮੀਡੀਆ ਨਾਲ ਗੱਲ ਕਰਾਈ ਆ ਭਾਜੀ ਆਉਂਦੇ ਮੀਡੀਆ ਵਾਲੇ ਉਹਨਾਂ ਨਾਲ ਗੱਲ ਕਰਾਈ ਆ ਡਾਕਟਰ ਸਾਹਿਬ ਗੱਲ ਵੀ ਨਹੀਂ ਕਰਦੇ ਪਏ ਉਹਨਾਂ ਨਾਲ ਚੱਜ ਨਾਲ ਜਿੱਦ ਦੀ ਗੱਲ ਨਹੀਂ ਕਰਦੇ ਹਾਂਜੀ ਹੁਣ ਕੀ ਮੰਗ ਤੁਹਾਡੇ ਮੰਗ ਸਾਰੇ ਆਦੇ ਹੋਏ ਆ ਦਾਖਲ ਕੀਤਾ ਜਾਵੇ ਇੱਥੇ ਤੇ ਨਹੀਂ ਦਾਖਲ ਕੀਤਾ ਜਾਂਦਾ ਆਪਾਂ ਰੋਡ ਜਾਮ ਕੀ ਕਰਾਂਗੇ ਕਿੰਨੀ ਦੇਰ ਚ ਸਟ੍ਰੈਚਰ ਤੇ ਲੈ ਕੇ ਘੁਮਾਉਂਦੇ ਸਰ 3 ਘੰਟੇ ਹੋ ਗਿਆ 3 ਘੰਟੇ ਕੀ ਹੋ ਗਏ ਤੇ ਸਟ੍ਰੈਚਰ ਤੇ ਪਾ ਕੇ ਲੰਮੇ ਪਏ ਘੁੰਮਦੇ ਫਿਰਦੇ ਕਦੀ ਉਧਰ ਕਦੀ ਉਧਰ ਕਦੀ ਉਧਰ ਇੱਧਰ ਗਿਆ ਤੇ ਹੋ ਜਾਂਦਾ ਤੇ ਪਹੁੰਚ ਜਾਂਦਾ ਇਹ ਸਰ ਡਾਕਟਰ ਸਾਹਿਬ ਜ਼ਿੰਮੇਵਾਰ ਹੈ ਮੇਨ ਕਿਹੜਾ ਇਥੋਂ ਦੇ ਉਹ ਜ਼ਿੰਮੇਵਾਰ ਹੈ ਨਾ ਉਹ ਜ਼ਿੰਮੇਵਾਰ ਹੁੰਦੇ ਨੇ ਆਪਾਂ ਇੱਥੇ ਧਰਨਾ ਦੇਣ ਦੀ ਤਿਆਰੀ ਚ ਪੂਰੇ ਆਪਾਂ ਰੋਡ ਜਾਮ ਕਰ ਸਕਦੇ ਹੁਣੇ ਮੇਰਾ ਨਾਮ ਪਰਮਜੀਤ ਕੌਰ ਪਰਮਜੀਤ ਜੀ ਕੀ ਹੋਇਆ ਤੁਹਾਨੂੰ ਮੇਰੇ ਲੱਕ ਦੀ ਤੇ ਧੜ ਦੀ ਪ੍ਰੋਬਲਮ ਆ ਕਿੰਨੀ ਦੇਰ ਤੋਂ ਘੁੰਮਦੇ ਵੇ ਸਟੇਸ਼ਨ ਤੇ ਹੁਣ 3-4 ਘੰਟੇ ਹੋ ਚੱਲੇ ਆ ਡਾਕਟਰ ਇਲਾਜ ਨਹੀਂ ਕਰਦੇ ਵੇ ਇਲਾਜ ਕਰਦੇ ਕੀ ਹੈ ਟੀਕੇ ਲਾਲਾ ਸਵਾਈ ਜਾਂਦੇ ਆ ਫਰਕ ਕੋਈ ਪਿਆ ਨਹੀਂ ਹੈ ਤੇ ਉਧਰੋਂ ਛੁੱਟੀ ਦੇ ਕੇ ਤੇ ਹੱਡੀਆਂ ਵਾਲੇ ਪਾਸੇ ਕਰ ਦਿੱਤਾ ਹੱਡੀਆਂ ਵਾਲੇ ਹੁਣ ਲੈ ਨਹੀਂ ਦੇ ਧੱਕੇ ਖਾਂਦੇ ਪਿੰਡੇ ਰੇੜੀ ਤੇ ਪੈਕੇ ਨਹੀਂ ਇਹ ਸਹੀ ਮੈਨੂੰ ਇਲਾਜ ਹੋਣਾ ਚਾਹੀਦਾ ਮੇਰਾ ਵਿਜੀ ਕੀ ਨਾਮ ਤੁਹਾਡਾ ਰੋਬਿਨ ਸਿੰਘ ਸਰ ਰੋਬਿਨ ਜੀ ਸੜਕ ਤੇ ਲੈ ਕੇ ਬੈਠੇ ਮਰੀਜ਼ ਨੂੰ ਕੀ ਹੋਇਆ ਕੀ ਮਸਲਾ ਸਰ ਪਹਿਲਾ ਮੈਡੀਸਿਨ ਤੇ ਦਾਖਲ ਸੀ ਮਰੀਜ਼ ਕੌਣ ਹੈ ਮਰੀਜ਼ ਦਾ ਤੇ ਮੰਮੀ ਮੇਰੇ ਠੀਕ ਹੈ ਮੈਡੀਸਿਨ ਤੇ ਦਾਖਲ ਸੀ ਤੇ ਉਹਨਾਂ ਰੈਫਰ ਕੀਤਾ ਹੱਡੀਆਂ ਵਾਲੀ ਵਾਰਡ ਚ 107 ਨੰਬਰ ਚ 117 ਨੰਬਰ ਚ ਤੇ ਉੱਥੋਂ ਗਏ ਆ ਤੇ ਉੱਥੋਂ ਮੁੜ ਕੇ ਕਹਿੰਦੇ 102 ਚ ਜਾਓ 102 ਚ ਗਏ ਆ ਤੇ ਉਹ ਕਹਿੰਦੇ 117 ਚ ਜਾਓ ਠੀਕ ਹੈ ਇਦਾਂ ਸਾਨੂੰ ਖੱਜਾ ਖਰਾਬ ਕੀਤਾ ਕਿ ਜਾ ਰਿਹਾ ਬਹੁਤ ਜ਼ਿਆਦਾ ਤੇ ਅਸੀਂ ਗਏ ਆ ਤੇ ਮੁੜ ਕੇ ਅਸੀਂ ਕਿਹਾ ਇੱਕ ਬੈੱਡ ਦੇ ਦਿਓ ਸਾਨੂੰ ਤੇ ਮਰੀਜ਼ ਦਾਖਲ ਕਰ ਲਈਏ ਤੇ ਕਹਿੰਦੇ ਦਾਖਲ ਨਹੀਂ ਕੀਤਾ ਜਾਊਗਾ ਤੇ ਤੁਸੀਂ ਘਰੇ ਲੈਓ ਤੇ ਕੱਲ ਦਾਖਲ ਕੀਤਾ ਜਾਊਗਾ ਕਾਰਨ ਪਤਾ ਨਹੀਂ ਸਰ ਜੋ ਕਿਉਂ ਕਹਿ ਰਹੇ ਆ ਤੇ ਉਹ ਕਹਿੰਦੇ ਡਾਕਟਰ ਸਾਹਿਬ ਨਹੀਂ ਹੈਗੇ ਕਿੰਨਾ ਇਹਨਾਂ ਨੂੰ ਦੇਖਿਆ ਆ ਤੇ ਉਹ ਆਉਗੇ ਤੇ ਕੱਲ ਫਿਰ ਹੋਊਗਾ ਡਾਕਟਰ ਪੁੱਛਿਆ ਨਹੀਂ ਕਿ ਡਾਕਟਰ ਸਾਹਿਬ ਨਹੀਂ ਹੈਗੇ ਤੇ ਫਿਰ ਮਰੀਜ਼ ਨੂੰ ਅਜੇ ਮਰੀਜ਼ ਨੂੰ ਕੁਝ ਹੋ ਜਾਂਦਾ ਤੇ ਪੁੱਛਿਆ ਨਹੀਂ ਉਹ ਸਰ ਬੋਲਦੇ ਨਹੀਂ ਪਏ ਕੋਈ ਮੀਡੀਆ ਨਾਲ ਗੱਲ ਕਰਾਈ ਆ ਭਾਜੀ ਆਉਂਦੇ ਮੀਡੀਆ ਵਾਲੇ ਉਹਨਾਂ ਨਾਲ ਗੱਲ ਕਰਾਈ ਆ ਡਾਕਟਰ ਸਾਹਿਬ ਗੱਲ ਵੀ ਨਹੀਂ ਕਰਦੇ ਪਏ ਉਹਨਾਂ ਨਾਲ ਚੱਜ ਨਾਲ ਜਿੱਦ ਦੀ ਗੱਲ ਨਹੀਂ ਕਰਦੇ ਹਾਂਜੀ ਹੁਣ ਕੀ ਮੰਗ ਤੁਹਾਡੇ ਮੰਗ ਸਾਰੇ ਆਦੇ ਹੋਏ ਆ ਦਾਖਲ ਕੀਤਾ ਜਾਵੇ ਇੱਥੇ ਤੇ ਨਹੀਂ ਦਾਖਲ ਕੀਤਾ ਜਾਂਦਾ ਆਪਾਂ ਰੋਡ ਜਾਮ ਕੀ ਕਰਾਂਗੇ ਕਿੰਨੀ ਦੇਰ ਚ ਸਟ੍ਰੈਚਰ ਤੇ ਲੈ ਕੇ ਘੁਮਾਉਂਦੇ ਸਰ 3 ਘੰਟੇ ਹੋ ਗਿਆ 3 ਘੰਟੇ ਕੀ ਹੋ ਗਏ ਤੇ ਸਟ੍ਰੈਚਰ ਤੇ ਪਾ ਕੇ ਲੰਮੇ ਪਏ ਘੁੰਮਦੇ ਫਿਰਦੇ ਕਦੀ ਉਧਰ ਕਦੀ ਉਧਰ ਕਦੀ ਉਧਰ ਇੱਧਰ ਗਿਆ ਤੇ ਹੋ ਜਾਂਦਾ ਤੇ ਪਹੁੰਚ ਜਾਂਦਾ
तैयारी पूरे आप जाम कर सकते हुणे।